यूथ अकाली दल जिला फतेहगढ़ साहब की एक विशेष मीटिंग यूथ अकाली दल मालवा जोन के प्रधान ते हलका मलोह के मुख सेवादार गुरप्रीत सिंह राजू खन्ना की प्रधानगी हेठ गुरुद्वारा साहब श्री फतेहगढ़ साहब के मीटिंग हाल विच हुई, जिस नूं जोन के प्रधान गुरप्रीत सिंह राजू खन्ना, जिला प्रधान स्वर्ण सिंह चनारथल, हलका बस्सी पठाना के इंचार्ज दरबारा सिंह गुरु ते हलका सरहद के इंचार्ज दीदार सिंह पट्टी ने विशेष तौर पर संबोधन किया। इस मौके गुरप्रीत सिंह राजू खन्ना ते दरबारा सिंह गुरु ने कहा कि 8 अप्रैल नूं यूथ अकाली दल एक बहुत वड्डी विशाल रैली श्री फतेहगढ़ साहब दी पवित्र धरती ते करन जा रहा है, जिस विच यूथ अकाली दल दे इंचार्ज सरदार बिक्रमजीत सिंह मजीठिया विशेष तौर ते शामिल होके कांग्रेस दीयां लोक मारू नीतियां अते पंजाब दे लोकां ते ढाए जा रहे जुल्म तों जिथे पर्दा चुकणगे उथे नौजवानां नाल कांग्रेस सरकार वल्लों कीते गए वादियां दा वी विस्तार विच खुलासा करनगे। जो 8 तरीक नूं यूथ अकाली 8 अप्रैल नूं यूथ अकाली दल दी ਇੱਕ ਬੜੀ ਵੱਡੀ ਰੈਲੀ ਹੋਣ ਜਾ ਰਹੀ ਹੈ, ਉਸ ਰੈਲੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਰੈਲੀ ਆ, ਉਹ ਸੰਬੰਧੀ ਜੋ ਜ਼ਿਲ੍ਹੇ ਦੇ ਪ੍ਰਧਾਨ ਮੈਂਬਰ ਕੋਰ ਕਮੇਟੀ ਅਤੇ ਉਹ ਸਾਰੇ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਗੁਰੂ ਸਾਹਿਬ ਪੱਟੀ ਸਾਹਿਬ ਇਹਨਾਂ ਦੀ ਸਾਰਿਆਂ ਦੀ ਰਹਿਨੁਮਾਈ ਦੇ ਵਿੱਚ ਮੀਟਿੰਗ ਹੋਈ ਆ ਅਤੇ ਤਕਰੀਬਨ ਉਸ ਰੈਲੀ ਨੂੰ ਕਾਮਯਾਬ ਕਰਨ ਵਾਸਤੇ ਉਸ ਰੈਲੀ ਦੇ ਪ੍ਰਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਹਲਕੇ ਦੇ ਵਿੱਚੋਂ ਬੱਸਾਂ ਦੇ ਰਾਹੀਂ, ਕਾਰਾਂ ਦੇ ਰਾਹੀਂ, ਗੱਡੀਆਂ ਮੋਟਰਸਾਈਕਲ ਦੇ ਰਾਹੀਂ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਪਹੁੰਚਣਾ, ਇਸ ਰੈਲੀ ਨੂੰ ਕਾਮਯਾਬ ਕਰਨਾ। ਸੋ 8 ਤਰੀਕ ਦੀ ਰੈਲੀ ਇਹ ਇਤਿਹਾਸਕ ਰੈਲੀ ਹੋਣੀ ਆ, ਕਿਉਂਕਿ ਇਸ ਰੈਲੀ ਨੇ ਜੋ ਪਾਰਲੀਮੈਂਟ ਦੀਆਂ ਚੋਣਾਂ ਨੇ ਉਹਨਾਂ ਜੋ ਜ਼ਿਲ੍ਹਾ ਹਲਕਾ ਫਤਿਹਗੜ੍ਹ ਸਾਹਿਬ ਪਾਰਲੀਮੈਂਟ ਦੀ ਦੇ ਵਿੱਚ ਨੌਜਵਾਨਾਂ ਨੂੰ ਲਾਮਬੰਦ ਕਰਕੇ ਰੈਲੀ 'ਚ ਆਉਣਾ ਅਤੇ ਜੋ ਵਿਚਾਰ ਸਰ ਸੁਖਬੀਰ ਸਿੰਘ ਬਾਦਲ ਫਰ ਜੋ ਵਿਚਾਰ ਸਰ ਬਿਕਰਮ ਸਿੰਘ ਮਜੀਠੀਆ ਜੀ ਦੇ ਜੋ ਸੁਨੇਹਾ ਲੈ ਕੇ ਆਉਣਗੇ, ਉਹ ਸੁਨੇਹਾ ਨੂੰ ਨੌਜਵਾਨਾਂ ਨੇ ਘਰ ਤੋਂ ਪਹੁੰਚਾਉਣਾ ਸਾਰਾ। ਕਿੱਥੇ ਹੋ ਰਹੀ ਹੈ, ਕਿਹੜੇ ਕਿਹੜੇ ਪਾਰਟੀ ਸੰਬੋਧਨ ਕਰਨਗੇ ਮੀਟਿੰਗ ਨੂੰ ਆਣਗੇ ਪਹੁੰਚਣਗੇ ਰੈਲੀ 'ਚ? ਇਸ ਰੈਲੀ ਦੇ ਵਿੱਚ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਮੁੱਖ ਮਹਿਮਾਨ ਤੌਰ 'ਤੇ ਪਹੁੰਚਣਗੇ ਅਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਸਿੰਘ ਚਨਾਥਲ ਜੀ, ਸਰਦਾਰ ਸਿੰਘ ਪੱਟੀ ਜੀ, ਸਰਦਾਰ ਸਿੰਘ ਗੁਰੂ ਜੀ, ਸਾਡੇ ਯੂਥ ਅਕਾਲੀ ਦਲ ਦੇ ਦੋਨੇ ਪ੍ਰਧਾਨ ਸ਼ਹਿਰੀ ਦਿਹਾਤੀ ਪ੍ਰਧਾਨ, ਮੈਂਬਰ ਕੋਰ ਕਮੇਟੀ ਸਾਹਿਬਾਨ ਸਾਰੇ ਇਸ ਰੈਲੀ ਨੂੰ ਕਾਮਯਾਬ ਕਰਨ ਵਾਸਤੇ ਪੂਰਾ ਜ਼ੋਰ ਲਾ ਰਹੇ ਨੇ। ਉਸ ਜਥੇਬੰਦੀ ਕੀਤੀ ਅਸੀਂ ਸਾਰੇ ਯੂਥ ਅਕਾਲੀ ਦਲ, ਇਹ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਰੀੜ੍ਹ ਦੀ ਹੱਡੀ ਹੈ, ਇਹਨਾਂ 'ਤੇ ਸਾਨੂੰ ਪੂਰਾ ਮਾਣ ਹੈ। ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਸਾਹਿਬ 8 ਅਪ੍ਰੈਲ ਨੂੰ ਫਤਿਹਗੜ੍ਹ ਸਾਹਿਬ ਵਿਖੇ ਜ਼ਿਲ੍ਹੇ ਦੀ ਰੈਲੀ, ਤਿੰਨੋਂ ਹਲਕਿਆਂ ਦੇ ਨੌਜਵਾਨਾਂ ਦੀ ਇਕੱਠੀ ਰੈਲੀ ਕਰਨ ਲਈ ਆ ਰਹੇ ਹੈ ਅਤੇ ਇਹਦੇ ਲਈ ਨੌਜਵਾਨਾਂ 'ਚ ਪੂਰਾ ਉਤਸ਼ਾਹ ਹੈ। ਅੱਜ ਤੁਸੀਂ ਦੇਖਿਆ ਜਿੰਨੇ ਅਹੁਦੇਦਾਰ ਨੇ, ਸਾਰੇ ਕੋਰ ਕਮੇਟੀ ਦੇ ਮੈਂਬਰ ਨੇ, ਸਾਰੇ ਜ਼ਿਲ੍ਹਾ ਪ੍ਰਧਾਨ ਨੇ ਅਤੇ ਸਾਰੇ ਹੋਰ ਜਿਹੜੇ ਅਹੁਦੇਦਾਰ ਨੇ ਸਾਰੇ ਇੱਥੇ ਸ਼ਾਮਿਲ ਹੋਏ ਹੈ ਅਤੇ ਅਸੀਂ ਹਲਕਿਆਂ ਦੇ ਵਿੱਚੋਂ ਵੀ ਵੱਧ ਚੜ੍ਹ ਕੇ ਇਸ ਰੈਲੀ ਦੇ ਵਿੱਚ ਹਿੱਸਾ ਪਾਵਾਂਗੇ ਤਾਂ ਕਿ ਵੱਧ ਤੋਂ ਵੱਧ ਯੂਥ ਜਿਹੜੀ ਹੈ ਉੱਥੇ ਜਾਵੇ ਔਰ ਪਤਾ ਲੱਗੇ ਕਿ ਕਿਸ ਤਰ੍ਹਾਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਯੂਥ ਚਟਾਨ ਦੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ। ਫਤਿਹਗੜ੍ਹ ਸਾਹਿਬ ਤੋਂ ਸੰਜੇ ਸੈਣੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।